सतगुरु नानक तेरी लीला न्यारी ए, रीजा लाला वेंदी दुनिया सारी ए। सतगुरु नानक तेरी लीला न्यारी ए, रीजा लाला वेंदी दुनिया सारी ए, रीजा लाला देखे मुड़ के फेरा पाजामी, चारे कुंत हनेरा जोत जगा जामी। पुल पुलेखे मुड़ के फेरा पाजामी, चारे कुंत हनेरा जोत जगा जामी। पानी दे था नशे दी चढ़ी खुमारी ये, सतगुरु नानक तेरी लीला न्यारी ए, सतगुरु नानक तेरी लीला न्यारी ए। कौडे नाड़ों वध के हुण भी राक्ष ने, उड़क मांदे फिर दे झूठे नाशक ने। कौडे नाड़ों वध के हुण भी राक्ष ने, उड़क मांदे फिर दे झूठे नाशक ने। छट जाना न्यो लाके की दिलदारी ए, सतगुरु नानक तेरी लीला न्यारी ए, सतगुरु नानक तेरी लीला न्यारी ए। तेरे बैठे बंदे आदम खाने ने, सजन नालों वध के ठग सियाने ने। तेरे एथे बंदे आदम खाने ने, सजन नालों वध के ठग सियाने ने। सदने दे हाथ मुड़ के फड़ी कटारी ए, सतगुरु नानक तेरी लीला न्यारी ए, सतगुरु नानक तेरी लीला न्यारी ए। वर्गियां लोका लुट मचाई ए, हक बिगाना खाना की वड्याई ए।
ਵਰਗੀਆਂ ਲੋਕਾਂ ਲੁੱਟ ਮਚਾਈਏ ਹੱਕ ਬਿਗਾਨਾ ਖਾਣਾ ਕੀ ਵਡਿਆਈਏ ਅੱਜ ਉਹ ਮੌਜੂਦ ਆਵੇ ਜੋ ਹੰਕਾਰੀਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਏ ਦੀ ਖੇਤੀ ਹੱਲ ਚਲਾਂਦਾ ਸੈ ਦਸੋ ਨੌਹਾਂ ਦੀ ਕਿਰਤ ਕਮਾਈ ਖਾਂਦਾ ਸੈ ਤੂੰ ਖੁਸ਼ੀਆਂ ਦੀ ਖੇਤੀ ਹੱਲ ਚਲਾਂਦਾ ਸੈ ਦਸਾਂ ਨੌਹਾਂ ਦੀ ਕਿਰਤ ਕਮਾਈ ਖਾਂਦਾ ਸੈ ਤਾਈਓ ਤੇਰੀ ਸ਼ੋਭਾ ਹਰ ਥਾਂ ਪਾਰੀਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਏ ਯਮਲਾ ਜੀ ਦੀ ਰੂਪਈ ਪੁਰ ਲਾਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਂਦੀ ਏ ਯਮਲਾ ਜੀ ਦੀ ਰੂਪਈ ਪੁਰ ਲਾਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਂਦੀ ਏ ਵਿੱਚ ਵਿਛੋੜੇ ਤੇਰੇ ਇਹ ਦੁਖਿਆਰੀਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀਏ ਤੇ ਗੁਰੂ ਪਿਆਰਿਓ ਜੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਮੇਂ ਵਿੱਚ ਕੌਡੇ ਰਕਸ਼ ਵਰਗੇ ਹੋਏ ਨੇ ਨਾ ਤਾਂ ਗੁਰੂ ਪਿਆਰਿਓ ਹੁਣ ਵੀ ਇਸ ਸਮੇਂ ਵੀ ਐਸਾ ਸਮਾਂ ਚੱਲ ਰਿਹਾ ਹੈ ਹੁਣ ਵੀ ਕੌਡੇ ਨਾਲੋਂ ਵੱਧ ਕੇ ਰਕਸ਼ ਬੰਦੇ ਪਏ ਨੇ ਜੇ ਉਸ ਸਮੇਂ ਲੋਕਾਂ ਨੂੰ ਪਿਆਰ ਨਾਲ ਬਹਿਕਾਵੇ ਨਾਲ ਲੁੱਟ ਲਿਆ ਜਾਂਦਾ ਸੀ ਨਾ ਤੇ ਅੱਜ ਵੀ ਬੰਦੇ ਨੂੰ ਬੰਦਾ ਲੁੱਟ ਰਿਹਾ ਹੈ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਦੀ ਕੈਸੀ ਲੀਲਾ ਇੱਕ ਵਾਰ ਭਾਈ ਮਰਦਾਨਾ ਤੇ ਪਾਤਸ਼ਾਹ ਇੱਕ ਵਾਰ ਜੰਗਲ ਦੇ ਵਿੱਚ ਬੈਠੇ ਹੋਏ ਸਨ ਇੱਕ ਮਨੁੱਖ ਬੜੇ ਉਹਦੇ ਸੁੰਦਰ ਕੱਪੜੇ ਪਾਏ ਨੇ ਗਹਿਣੇ ਪਾਏ ਨੇ ਪਰ ਉਹਦੇ ਉੱਪਰ ਇੱਕ ਪਾਟੀ ਹੋਈ ਰਜਾਈ ਲਈ ਹੋਈ ਹੈ ਤੇ ਉਸ ਰਜਾਈ ਦੇ ਵਿੱਚ ਮੋਰੇ ਨੇ ਤੇ ਮਰਦਾਨਾ ਕਹਿੰਦਾ ਸਤਿਗੁਰੂ ਇਹ ਕੀ ਕੌਤਕ ਹੈ ਇਸ ਬੰਦੇ ਦੇ ਕੱਪੜੇ ਬੜੇ ਸੁੰਦਰ ਪਾਏ ਨੇ ਬੜੇ ਸੋਹਣੇ ਪਾਏ ਨੇ ਪਰ ਇਹਨੇ ਆਪਣੇ ਉੱਪਰ ਪਾਟੀ ਹੋਈ ਮੋਰਿਆਂ ਵਾਲੀ ਰਜਾਈ ਲਈ ਹੋਈ ਹੈ ਕੀ ਗੱਲ ਹੈ ਤੇ ਗੁਰੂ ਨਾਨਕ ਕਹਿੰਦੇ ਮਰਦਾਨਿਆ ਨਾ ਤਾਂ ਇਹ ਕੋਈ ਬਾਦਸ਼ਾਹ ਹੈ ਨਾ ਕੋਈ ਮਨੁੱਖ ਹੈ
ਤੇ ਮਰਦਾਨਾ ਕਹਿੰਦਾ ਸਤਿਗੁਰੂ ਇਹ ਕੌਣ ਹੈ? ਪਾਤਸ਼ਾਹ ਕਹਿੰਦੇ ਬਈ ਇਹ ਕਲਯੁਗ ਹੈ। ਤੇ ਜਦੋਂ ਗੁਰੂ ਪਿਆਰਿਓ ਕਲਯੁਗ ਗੁਰੂ ਨਾਨਕ ਦੇ ਚਰਨਾਂ 'ਚ ਆਇਆ, ਉਹਨੇ ਨਮਸਕਾਰ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਕਲਯੁਗ ਤੇਰੇ ਐਡੇ ਸੁੰਦਰ ਕੱਪੜੇ ਗਹਿਣੇ ਪਾਏ ਨੇ, ਜਿਹੜੀ ਤੂੰ ਆਪਣੇ ਉੱਪਰ ਇਹ ਪਾਟੀ ਹੋਈ ਰਜਾਈ ਲਈ ਹੈ ਨਾ, ਮੋਰਿਆਂ ਵਾਲੀ ਰਜਾਈ ਲਈ ਹੋਈ ਹੈ, ਇਸ ਦਾ ਕਾਰਨ ਸਾਡੇ ਸੇਵਕ ਮਰਦਾਨੇ ਨੂੰ ਦੱਸ ਦੇ। ਤੇ ਗੁਰੂ ਪਿਆਰਿਓ ਕਲਯੁਗ ਕਹਿੰਦਾ ਕਿ ਹੇ ਪਾਤਸ਼ਾਹ, ਹੱਥ ਜੋੜ ਲਏ, ਕਹਿੰਦਾ ਹੇ ਕਲਯੁਗ ਦੇ ਤਾਰਨਹਾਰ, ਮੇਰਾ ਪ੍ਰਭਾਵ ਭਾਵੇਂ ਸਾਰੀ ਦੁਨੀਆ 'ਤੇ ਹੈ, ਸਾਰੇ ਲੋਕਾਂ 'ਤੇ ਹੈ, ਪਰ ਪਾਤਸ਼ਾਹ ਜਿਹੜੇ ਤੁਹਾਡੇ ਚਰਨਾਂ ਦੇ ਨਾਲ ਜੁੜ ਗਏ ਨੇ ਨਾ, ਜਿਹੜੇ ਸੇਵਕ ਤੁਹਾਡੇ ਚਰਨਾਂ ਦੇ ਨਾਲ ਜੁੜ ਗਏ ਨੇ, ਉਹ ਅੰਮ੍ਰਿਤ ਵੇਲੇ ਇਸ ਮੇਰੀ ਕਲਯੁਗ ਦੇ ਪ੍ਰਭਾਵ ਦੀ ਰਜਾਈ ਨੂੰ ਪਾੜ ਕੇ ਇਹਨਾਂ ਮੋਰਿਆਂ ਵਿੱਚੋਂ ਦੀ ਨਿਕਲ ਕੇ ਅੰਮ੍ਰਿਤ ਵੇਲੇ ਉੱਠ ਕੇ ਤੁਹਾਡਾ ਨਾਮ, ਉਸ ਨਿਰੰਕਾਰ ਦਾ ਨਾਮ ਜਪਦੇ ਨੇ। ਉਚਾਰਨ ਕਰੋ ਸ਼੍ਰੀ ਵਾਹਿ। ਤੇ ਗੁਰੂ ਪਿਆਰਿਓ ਪਾਤਸ਼ਾਹ ਕਹਿੰਦੇ ਬਈ ਕਲਯੁਗ ਇਹ ਠੀਕ ਹੈ, ਪਰ ਸਾਡੇ ਵੱਲੋਂ ਤੈਨੂੰ ਤਾਕੀਦ ਹੈ ਬਈ ਜਿਹੜੇ ਸਾਡੇ ਸੇਵਕ ਹੋਣ ਅੰਮ੍ਰਿਤ ਵੇਲੇ ਉੱਠ ਕੇ ਉਸ ਨਿਰੰਕਾਰ ਨੂੰ ਯਾਦ ਕਰਦੇ ਹੋਣ, ਉਹਨਾਂ ਦੇ ਉੱਪਰ ਤੂੰ ਕੋਈ ਪ੍ਰਭਾਵ ਨਾ ਪਾਈ। ਤੇ ਕਲਯੁਗ ਕਹਿੰਦਾ ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਵੀ ਕੋਈ ਸੇਵਾ ਬਖਸ਼ੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਤੈਨੂੰ ਕਿਹੜੀ ਸੇਵਾ ਬਖਸ਼ੀਏ? ਕਹਿੰਦਾ ਪਾਤਸ਼ਾਹ ਤੁਸੀਂ ਸੱਚ ਦਾ ਪ੍ਰਚਾਰ ਕਰ ਰਹੇ ਹੋ, ਉਸ ਨਿਰੰਕਾਰ ਦੇ ਨਾਲ ਦੁਨੀਆ ਨੂੰ ਜੋੜ ਰਹੇ ਹੋ, ਜ਼ਾਲਮਾਂ ਨੂੰ ਤੇ ਦੁਖੀਆਂ ਨੂੰ ਸਿੱਧੇ ਰਸਤੇ ਪਾ ਰਹੇ ਹੋ, ਤੇ ਮੈਨੂੰ ਵੀ ਕੋਈ ਸਮਾਂ ਬਖਸ਼ੋ। ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਵੀ ਕਲਯੁਗ ਜਾ, ਤੈਨੂੰ ਸਮਾਂ ਬਖਸ਼ਿਆ। ਜਦੋਂ ਸੰਗਤ ਦੇ ਵਿੱਚ ਪ੍ਰਸ਼ਾਦ ਵਰਤਿਆ ਕਰੇਗਾ ਨਾ, ਜਾਂ ਸੰਗਤ ਦੇ ਵਿੱਚ ਲੰਗਰ ਵਰਤਿਆ ਕਰੇਗਾ, ਤੇ ਉਦੋਂ ਤੈਨੂੰ ਸਮਾਂ ਬਖਸ਼ਿਆ। ਤੇ ਗੁਰੂ ਪਿਆਰਿਓ ਵੇਖ ਲਓ, ਜਦੋਂ ਪ੍ਰਸ਼ਾਦ ਵਰਤਦਾ ਹੈ ਨਾ ਤੇ ਲੰਗਰ ਵਰਤਦਾ ਹੈ, ਤੇ ਉਦੋਂ ਰੌਲਾ ਪੈ ਜਾਂਦਾ, ਭਾਵ ਕਿ ਕਲਯੁਗ ਦਾ ਪ੍ਰਭਾਵ ਉਸ ਸਮੇਂ ਪੂਰਾ ਪੈ ਜਾਂਦਾ। ਤੇ ਗੁਰੂ ਪਿਆਰਿਓ ਮਾੜੇ ਕੰਮ ਛੱਡ ਕੇ ਉਸ ਨਿਰੰਕਾਰ ਦੇ ਚਰਨਾਂ ਨਾਲ ਆਪਣੀ ਬਿਰਤੀ ਨੂੰ ਜੋੜਨ ਵਾਸਤੇ ਸਮਾਂ ਕੱਢਿਆ ਕਰੋ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਰੀਜਾ ਲਾਲਾ ਵੇਂਦੀ ਦੁਨੀਆ ਸਾਰੀ ਏ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਗੁਰੂ ਨਾਨਕ ਤੇਰੀ ਲੀਲਾ।